ਚੁੱਪ ਕਰ, ਚੁੱਪ ਕਰ, ਚੁੱਪ ਕਰ ਜਾ। ਪਰਸੋਂ ਚੌਥੇ ਨੂੰ, ਪਰਸੋਂ ਚੌਥੇ ਨੂੰ ਵੀ ਚੁੱਪ ਹੀ ਕਰੀ ਆ ਨਾ, ਹੁਣ ਚੁੱਪ ਕਰ ਜਾ। ਸਾਰੇ ਇੰਡੀਆ ਚੋਂ ਬੱਸਾਂ ਟਰੱਕਾਂ ਦੀਆਂ ਬੋਡੀਆਂ ਲਵਾਉਣ ਲੋਕ ਪੰਜਾਬ ਚ ਆਉਂਦੇ ਆ, ਪਰ ਪਤਾ ਨੀ ਕੀ ਕਾਰਨ ਹੋ ਗਿਆ, ਪਿਛਲੇ ਸਰਕਾਰ ਦੌਰਾਨ ਬੱਸਾਂ ਦੀਆਂ ਬਾਡੀਆਂ ਲਵਾਉਣ ਵਾਸਤੇ ਸਾਨੂੰ ਰਾਜਸਥਾਨ ਜਾਣਾ ਪੈ ਗਿਆ। ਵੜਿੰਗ ਸਾਹਿਬ, ਰਾਜਾ ਵੜਿੰਗ ਸਾਹਿਬ, ਆਹ ਸੁਣ ਲਿਓ, ਬੱਸਾਂ ਦੀਆਂ ਬਾਡੀਆਂ ਇੱਥੇ ਕਿਉਂ ਨੀ ਲੱਗਦੀਆਂ, ਇਹਦੇ ਬਾਰੇ ਅਸੀਂ ਜਾਂਚ ਕਰਾਂਗੇ। ਕੌਣ ਕਹਿੰਦਾ ਹੈ ਕੀਤੇ ਜਾਣ? ਓਹੋ, ਕਿੰਨੀਆਂ ਪਾਰਟੀਆਂ ਬਦਲ ਗਿਆ, ਕਦੇ ਇਧਰੋਂ ਕਦੇ ਉਧਰੋਂ, ਹੁਣ ਇਧਰੋਂ ਹੁਣ ਉਧਰੋਂ। ਉਹ ਰਹਿਣ ਦੋ ਮਹਾਰਾਜ, ਰਹਿਣ ਦੋ। ਉਹ ਸਾਈਕਲ ਦੇ ਵੀ ਸਟੈਂਡ ਹੁੰਦਾ ਹੈ, ਇਹ ਦੋਜੀ ਵਾਲੇ ਮੋਟਰਸਾਈਕਲ ਨੇ, ਜਿੱਧਰ ਨੂੰ ਡੇਟਾ ਕਰ ਦੋ ਉਧਰ ਨੂੰ ਹੋ ਜਾਂਦੇ। ਮੁੱਖ ਮੰਤਰੀ ਸਾਹਿਬ ਗਵਰਨਰ, ਮੈਨੂੰ ਪਤਾ ਲੱਗਿਆ ਹੁਣ ਕਿਸੇ ਨਵੀਂ ਪਾਰਟੀ ਜਾ ਰਹੇ, ਮੈਨੂੰ ਪਤਾ ਲੱਗਿਆ ਕਿ ਨਵੀਂ ਪਾਰਟੀ ਜਾ ਰਿਹਾ। ਸੋ ਇਹਨਾਂ ਨੂੰ ਕੁਛ ਨੀ ਲੱਭਣਾ, ਇਹ ਉਹ ਭੁਮੱਖਰ ਨੇ, ਕਦੇ ਐਸ ਫੁੱਲ ਤੇ ਮੇਰਾ ਯਾਰ ਤਿੱਤਲੀਆਂ ਵਰਗਾ, ਕਦੇ ਐਸ ਫੁੱਲ ਤੇ ਕਦੇ ਉਸ ਫੁੱਲ ਤੇ। ਇਹ ਤਿੱਤਲੀਆਂ ਨੇ, ਤਿੱਤਲੀਆਂ, ਇਹਨਾਂ ਨੇ ਪੰਜਾਬ ਦਾ ਕੱਖ ਨੀ ਸਵਾਰਿਆ। ਜੇ ਇਹਨਾਂ ਨੇ ਸਵਾਰਿਆ ਹੁੰਦਾ ਸਾਨੂੰ ਆਉਣ ਦੀ ਲੋੜ ਨਾ ਪੈਂਦੀ। ਆ ਮੇਰੇ ਪਿੱਛੇ ਬੈਠੇ ਨੇ ਜਿਹੜੇ 95% ਬੰਦੇ ਨਾਨ ਪੋਲੀਟੀਕਲ ਬੈਕਗ੍ਰਾਉਂਡ ਤੋਂ ਨੇ, ਕੋਈ ਕਲਾਕਾਰ ਸੀ, ਕੋਈ ਵਕੀਲ ਸੀ, ਕੋਈ ਆਪਣਾ ਕੰਮ ਕਰਦਾ ਸੀ। ਸਾਨੂੰ ਕਿਉਂ ਆਉਣਾ ਪਿਆ, ਇਹਨਾਂ ਦੀਆਂ ਨਲੇਖੀਆਂ ਕਰਕੇ ਆਉਣਾ ਪਿਆ। ਇਹਨਾਂ ਜੇ ਇਹ ਚੱਜ ਦੇ ਨਿਕਲ ਆਉਂਦੇ, ਜੇ ਇਹ ਚੱਜ ਦੇ ਨਿਕਲ ਆਉਂਦੇ, ਸਾਨੂੰ ਆਉਣ ਦੀ ਲੋੜ ਹੀ ਨੀ ਪੈਣੀ ਸੀ। ਚੁੱਪ ਕਰ, ਚੁੱਪ ਕਰ, ਚੁੱਪ ਕਰ, ਚੁੱਪ ਕਰ ਜਾ। ਪਰਸੋਂ ਚੌਥੇ ਨੂੰ, ਪਰਸੋਂ ਚੌਥੇ ਨੂੰ ਵੀ ਚੁੱਪ ਹੀ ਕਰੀ ਆ ਨਾ, ਹੁਣ ਚੁੱਪ ਕਰ ਜਾ। ਸਾਰਿਆਂ ਦੀਆਂ ਮੇਰੇ ਕੋਲ ਫਾਈਲਾਂ ਪਈਆਂ ਸਾਰਿਆਂ ਦੀ। ਸਰ, ਕੱਲ ਨੂੰ ਬਜਟ ਪੇਸ਼ ਕਰਨਗੇ, ਬਜਟ ਦੇ ਵਿੱਚ ਇੱਕ ਪ੍ਰੋਵੀਜ਼ਨ ਰੱਖੀ ਹੈ, ਪੰਜਾਬ ਦੇ ਵਿੱਚ ਬੱਸਾਂ ਦੀਆਂ ਬਾਡੀਆਂ ਲੱਗਦੀਆਂ। ਸਰ, ਹਰਗੋਬਿੰਦ ਭਦੌੜ ਵਾਲਾ ਮਸ਼ਹੂਰ ਹੈ, ਸਤਲੁਜ ਜਲੰਧਰ ਵਾਲਾ ਮਸ਼ਹੂਰ ਹੈ, ਪਰ ਸਾਰੇ ਇੰਡੀਆ ਚੋਂ ਬੱਸਾਂ ਟਰੱਕਾਂ ਦੀਆਂ ਬਾਡੀਆਂ ਲਵਾਉਣ ਲੋਕ ਪੰਜਾਬ ਚ ਆਉਂਦੇ ਆ, ਪਰ ਪਤਾ ਨੀ ਕੀ ਕਾਰਨ ਹੋ ਗਿਆ, ਪਿਛਲੇ ਸਰਕਾਰ ਦੌਰਾਨ ਬੱਸਾਂ ਦੀਆਂ ਬਾਡੀਆਂ ਲਵਾਉਣ ਵਾਸਤੇ ਸਾਨੂੰ ਰਾਜਸਥਾਨ ਜਾਣਾ ਪੈ ਗਿਆ। ਸਰ, ਇਹ ਚੈੱਕ ਕਰਾਂਗੇ, ਰਾਜਸਥਾਨ ਵਾਲੇ ਸਸਤੀਆਂ ਲਾ ਰਹੇ ਨੇ, ਇਹ ਚੈੱਕ ਕੀਤਾ ਜਾਊਗਾ। ਇਹ ਆਪਣਾ ਆਪਣਾ ਤਾਂ ਬਿਜ਼ਨਸ, ਆਪਣਾ ਬਿਜ਼ਨਸ ਬਾਹਰ ਜਾ ਰਿਹਾ। ਜੇ ਉਹ ਸਸਤੀਆਂ ਲਾ ਰਹੇ ਨੇ ਤਾਂ ਆਪਾਂ ਵੀ ਉਨੀ ਮੈਚ ਕਰ ਦਾਂਗੇ ਰਾਜਸਥਾਨ ਨਾਲ, ਇਹ ਬਜਟ ਦੇ ਵਿੱਚ ਪੇਸ਼ ਕਰਾਂਗੇ। ਵੜਿੰਗ ਸਾਹਿਬ, ਰਾਜਾ ਵੜਿੰਗ ਸਾਹਿਬ, ਆਹ ਸੁਣ ਲਿਓ, ਬੱਸਾਂ ਦੀਆਂ ਬਾਡੀਆਂ ਇੱਥੇ ਕਿਉਂ ਨੀ ਲੱਗਦੀਆਂ, ਇਹਦੇ ਬਾਰੇ ਅਸੀਂ ਜਾਂਚ ਕਰਾਂਗੇ। ਤੇ ਇਹਨਾਂ ਨੂੰ ਹਰੀਸ਼ ਚੌਧਰੀ ਦੇ ਕਹਿਣ ਤੇ ਉੱਥੇ ਬੱਸਾਂ ਦੀਆਂ ਬਾਡੀਆਂ ਕਿਉਂ ਲਵਾਉਣੀਆਂ ਪਈਆਂ, ਇਹਦੇ ਬਾਰੇ ਵੀ ਸਾਰਾ ਕੁਝ ਜਾਂਚ ਕੀਤੀ ਜਾਊ, ਕਿੰਨਾ ਘਾਟਾ ਪਿਆ ਆਪਾਂ ਨੂੰ, ਤੇ ਬੱਸਾਂ ਲੋਕ ਬਾਡੀਆਂ ਲਵਾਉਣ ਆਉਂਦੇ ਇੱਥੇ। ਸੋ ਇਹਨਾਂ ਦੀ ਮੁਰਦਾਬਾਦ, ਮੁਰਦਾਬਾਦ ਸੁਣੀ ਜਾਓ, ਜਨਤਾ ਵੱਲੋਂ ਵੀ ਮੁਰਦਾਬਾਦ ਹੀ ਹੈ। ਅੱਜ ਮੈਂ ਜਿਹੜਾ ਤਾਲਾ ਦਿੱਤਾ, ਮੈਂ ਤਾਲਾ ਅੰਦਰ ਲਾਉਣ ਵਾਸਤੇ ਦਿੱਤਾ, ਬਾਹਰ ਨਹੀਂ। ਸਰ, ਇਹੀ ਕਾਂਗਰਸ ਹੈ ਜਿਹੜੀ ਸੰਸਦ ਦੇ ਵਿੱਚ ਇੱਕ ਦਿਨ ਚ ਇਹਨਾਂ ਦੇ 50-50 MPਆਂ ਨੂੰ ਬਾਹਰ ਕੱਢ ਕੇ ਮਾਰ ਦਿੱਤੇ ਨੇ। ਮੈਂ ਬਾਹਰ ਤਾਂ ਨਹੀਂ ਕੱਢੇ, ਮੈਂ ਬਾਹਰ ਨਹੀਂ ਕੱਢੇ, ਮੈਂ ਨਿਸ਼ਕਾਸ਼ਿਤ ਨਹੀਂ ਕੀਤੇ ਕਿ ਇਹਨੂੰ ਕਰ ਦੋ ਨਾ, ਮੈਂ ਕਹਿੰਦਾ ਅੰਦਰ ਰੱਖੋ, ਜਿੰਦਾ ਲਾਓ। ਉਹ ਚੋਰ ਛੱਡੇ ਕਹੇ ਤੇ ਮੁੱਦਾ ਬਾਤ ਥੋੜੀ ਹੋ ਜੂ। ਸੋ
ਸਪੀਕਰ ਸਾਹਿਬ ਤੁਹਾਡੇ ਬਾਰੇ ਤੁਸੀਂ ਪਲੀਜ਼ ਐਕਸ਼ਨ ਲਓ।